ਜੀ, ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ? ਮੇਰੇ ਯੂਟਿਊਬ ਚੈਨਲ ਫਟਾਫਟ 'ਤੇ ਤੁਹਾਡਾ ਸਵਾਗਤ ਹੈ। ਆ ਜਾਓ, ਅੱਜ ਤੁਹਾਨੂੰ ਮੈਂ ਫਿਰ ਸਹਿਗਲ ਕਲੋਨੀ 'ਚ ਆਏ ਹੋਏ ਹਾਂ। ਸਹਿਗਲ ਕਲੋਨੀ 'ਚ ਆਇਆ, 19x60 ਦੀ ਇਹ ਕੋਠੀ ਹੈ, ਜਿਹੜੀ 126x25 ਆਏ ਦਾ ਮੇਨ ਐਂਟਰੀ ਹੋ ਗਈ। ਮੇਨ ਐਂਟਰੀ ਤੋਂ ਬਾਅਦ ਆਪਾਂ ਅੰਦਰ ਆ ਜਾਓ, ਦੇਖੋ ਤੁਸੀਂ ਕਿੰਨਾ ਸੋਹਣੇ ਇਹਦੇ ਐਂਗਲ ਵਗੈਰਾ ਜੋ ਵੀ ਹੈ, ਸਾਰਾ ਸਮਾਨ ਏ ਕਲਾਸ ਲੱਗਿਆ ਹੋਇਆ। ਟਾਇਰ 'ਤੇ ਫਸਟ ਕਲਾਸ ਟਾਇਰ ਲੱਗੀ ਹੋਈ ਆ, ਹਜੇ ਵੀ ਸਫਾਈ ਹੋ ਰਹੀ ਆ LCD ਵਗੈਰਾ ਲਾਉਣ ਖਾਤਰ। ਅਤੇ ਇਹਦੀ ਜਿਹੜੀ ਆ ਰਸੋਈ, ਰਸੋਈ ਦੇਖੋ ਤੁਸੀਂ ਫੁੱਲ ਤਿਆਰ ਆ, ਅਤੇ ਆਹੋ ਠੀਕ ਹੈ, ਇੱਧਰ ਵੇਖੋ ਆਹੋ ਠੀਕ ਹੈ, ਵਧੀਆ ਹੈ, ਫਸਟ ਕਲਾਸ ਏ ਕਲਾਸ ਬਣੀ ਹੋਈ ਹੈ। ਐ ਨਹੀਂ ਹੈਗਾ ਕਿ ਮਟੀਰੀਅਲ ਘਟੀਆ ਲਾਇਆ ਹੋਇਆ, ਮਟੀਰੀਅਲ ਬਹੁਤ ਵਧੀਆ ਲਾਇਆ ਹੋਇਆ। ਅਤੇ ਲੁੱਕ ਇਹਦੀ ਬਹੁਤ ਹੀ ਵਧੀਆ, ਜਿੰਨੀ ਵਧੀਆ ਨਹੀਂ ਅੰਦਰੋਂ ਲੁੱਕ ਹੈ, ਕੋਈ ਬੰਦਾ ਇਹਨੂੰ ਰਿਜੈਕਟ ਨਹੀਂ ਕਰ ਸਕਦਾ ਹੈਗਾ। ਇੱਕ ਵਾਰੀ ਦੇਖ ਲੂਗਾ ਵੀਡੀਓ ਦੇਖ ਕੇ, ਜਾਂ ਜੋ ਵੀਡੀਓ 'ਚ ਬਣਾਇਆ ਉਹੀ ਇਹ ਚੱਲ, ਇਹ ਚੱਲ। AC ਦੀ ਫਿਟਿੰਗ ਪੂਰੀ ਹੈ ਸਾਰੇ ਕਮਰਿਆਂ ਦੀ, 4 ਦੀ 4, ਅਤੇ ਨਾਲ ਦੀ ਨਾਲ ਬਿਜਲੀ ਦੀ ਫਿਟਿੰਗ ਸਾਰੀ ਪੂਰੀ ਹੈ। ਇਹ 'ਚ ਕੱਪਬੋਰਡ ਬਣੇ ਹੋਏ ਨੇ, ਜਿਵੇਂ ਇਹ ਕਮਰੇ 'ਚ ਤਾਂ ਕੱਪਬੋਰਡ ਬਣਿਆ ਹੋਇਆ, LCD ਦੀ ਉੱਧਰ ਵੀ ਹੈ, ਇਹ ਲੱਗੀ ਹੋਈ ਹੈ ਠੀਕ ਹੈ। ਆ ਦੇਖੋ ਕੱਪਬੋਰਡ, ਐ ਨਹੀਂ ਹੈਗਾ ਕਿ ਮਟੀਰੀਅਲ ਘਟੀਆ ਲਾ ਕੇ ਬਣਾਇਆ, ਬਹੁਤ ਵਧੀਆ ਮਟੀਰੀਅਲ ਦੇ ਨਾਲ ਤਿਆਰ ਕੀਤੀ ਹੋਈ ਹੈ, ਚਲੋ ਠੀਕ ਹੈ। ਇਹਦੇ ਬਾਅਦ ਤੁਸੀਂ ਅੱਜ ਇੱਧਰ ਇੱਕ ਰੂਮ ਆ ਗਿਆ, ਡਾਊਨ ਸੀਲਿੰਗ ਹੈ ਵੀ ਬਹੁਤ ਵਧੀਆ ਹੋਈ ਹੈ, ਨਾਲ ਹੀ ਅੱਜ ਕੱਲ੍ਹ ਖਾਲੀ ਆ ਗਈ ਸਪੇਸ, ਆਹ ਗਲਾਸ਼ ਬਾਥਰੂਮ ਆ ਗਿਆ, ਖੁੱਲ੍ਹਾ ਡੁੱਲਾ ਹੋਵੇ ਕਮਰਿਆਂ ਦੇ ਨਾਲ ਠੀਕ ਹੈ ਜੀ। ਆਹ ਕਮਰਾ ਬੜਾ ਆ ਗਿਆ, ਇਹਦੇ 'ਚ ਵੀ LCD ਪੈਨਲ ਲੱਗਿਆ ਹੋਇਆ, ਆਹ ਦੇਖੋ ਠੀਕ ਹੈ, ਦੇਖੋ ਕਿੰਨਾ ਕਿੰਨਾ ਵਧੀਆ ਕੱਪਬੋਰਡ ਬਣਿਆ ਹੋਇਆ। ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਫਸਟ ਫਲੋਰ 'ਤੇ, 2 ਰੂਮ ਉੱਥੇ ਬਣੇ ਹੋਏ ਨੇ, ਨਾਲ ਗਲਾਸ਼ ਬਾਥਰੂਮ ਬਣਿਆ ਹੋਇਆ। ਆਪਾਂ ਹੁਣ ਉੱਪਰ ਚੱਲਦੇ ਹਾਂ, ਰੇਲਿੰਗ ਜਿਹੜੀ ਸਟੀਲ ਦੀ ਲਾਈ ਹੋਈ ਹੈ, ਐਵੇਂ ਹੈਗਾ ਵੀ ਉਹਨੂੰ ਲੋਹੇ ਦੀ ਮੜਕੀ ਹੈ, ਸਟੀਲ ਦੀ ਰੇਲਿੰਗ ਲਾਈ ਹੋਈ ਹੈ, ਵਧੀਆ ਤਰੀਕੇ ਨਾਲ ਬਣਾਈ ਹੋਈ ਹੈ। ਅਤੇ ਇਹਦੇ 'ਚ ਤੁਸੀਂ ਲੋਕੇਸ਼ਨ ਇਹਦੀ ਬਹੁਤ ਹੀ ਵਧੀਆ, ਆਉਣ ਵਾਲੇ ਟਾਈਮ ਦੇ ਵਿੱਚ ਅਗਰ ਤੁਸੀਂ ਦੇਖੋਗੇ ਤਾਂ ਤੁਹਾਨੂੰ ਇੰਨੀਆਂ ਸਸਤੀਆਂ ਕੋਠੀਆਂ ਕਿਤੇ ਨਹੀਂ ਮਿਲਦੀਆਂ। ਇਹੀ ਕੋਠੀ ਆਪਾਂ ਚੰਡੀਗੜ੍ਹ ਜਾਂ ਗੋਬਿੰਦਗੜ੍ਹ ਵੀ ਲੈਣ ਚਲੇ ਜਾਈਏ ਤਾਂ 90 ਲੱਖ ਰੁਪਈਏ ਤੋਂ 65 ਲੱਖ ਰੁਪਈਏ ਤੋਂ ਘੱਟ ਨਹੀਂ। ਇੱਕ ਰੂਮ ਆਹ ਬਣਿਆ ਹੋਇਆ, ਇੱਥੇ ਆਪਣਾ ਬੈੱਡ ਲਾਓ, ਸਾਹਮਣੇ ਨਜ਼ਾਰੇ ਲਓ, ਕੋਠੀਆਂ ਨੇ ਵਧੀਆ। ਇੱਕ ਰੂਮ ਤੁਹਾਨੂੰ ਉਹ ਦਿਖਾਉਂਦੇ ਆ ਇੱਧਰ ਬਣਿਆ ਹੋਇਆ, ਨਾਲ ਇਹਦੇ ਫਲੱਸ਼ ਬਾਥਰੂਮ ਹੈ, ਇਹਦੇ ਨਾਲ ਇਹਦਾ ਫਲੱਸ਼ ਬਾਥਰੂਮ ਹੈ, ਇਹ 2 ਕਮਰਿਆਂ ਨਾਲ ਇੱਕ ਉੱਤੇ ਆ ਗਿਆ ਫਲੱਸ਼ ਬਾਥਰੂਮ, ਇੱਕ ਥੱਲੇ ਆ ਗਿਆ। ਅਤੇ ਲੋਕੇਸ਼ਨ ਦੇਖੋ ਜੀ, ਉੱਤੇ ਗਰਮੀਆਂ 'ਚ ਬੈਠਣਾ ਹੈ, ਸਰਦੀਆਂ 'ਚ ਬੈਠਣਾ, ਉੱਤੇ ਬੈਠ ਸਕਦੇ ਹੋ ਵਧੀਆ ਤਰੀਕੇ ਨਾਲ, ਵਧੀਆ ਚਲਾ ਸਕਦੇ ਹੋ। ਆ ਪਿੱਛੇ ਕਲੋਨੀ ਬਣ ਰਹੀ ਹੈ, ਇਹ ਵੀ ਕਲੋਨੀ ਵਧੀਆ
ਵਿਊ ਦੇਖੋ ਤੁਸੀਂ ਕਿੰਨਾ ਸੋਹਣਾ ਨਜ਼ਾਰਾ ਆਉਂਦਾ ਕੋਠੇ 'ਤੇ ਚੜ੍ਹ ਕੇ। ਉੱਤੇ ਚੜ੍ਹ ਕੇ ਵੀ ਆਪਾਂ ਵਿਊ ਦੇਖੀਏ ਤਾਂ ਬਹੁਤ ਹੀ ਵਧੀਆ ਦਿੰਦੇ ਨੇ ਵਿਊ। ਮੈਂ ਤੁਹਾਨੂੰ ਸਾਰਿਆਂ ਨੂੰ ਇਹਦੀ ਕੀਮਤ ਹੈ ਜਿਹੜੀ 42 ਲੱਖ ਰੁਪਈਆ ਸਿਰਫ, ਠੀਕ ਹੈ। ਬਾਕੀ ਮਾੜਾ ਮੋਟਾ ਉੱਤੇ ਥੱਲੇ ਹੋ ਜਾਂਦਾ, ਯਾਨੀ ਜ਼ਿਆਦਾ ਨਹੀਂ। ਜੇ ਤੁਸੀਂ ਕਹੋ ਵੀ ਬਹੁਤ ਜ਼ਿਆਦਾ ਹੋ ਜੂਗਾ, ਨਹੀਂ ਬਹੁਤ ਜ਼ਿਆਦਾ ਨਹੀਂ ਹੋਣਾ, ਥੋੜ੍ਹਾ ਬਹੁਤਾ ਉੱਤੇ ਥੱਲੇ ਹੋ ਸਕਦਾ। ਇਹਦੀ ਕੀਮਤ ਹੈ 42 ਲੱਖ ਰੁਪਈਆ। ਕਿਸੇ ਵੀਰ ਭੈਣ ਭਰਾ ਨੂੰ ਚਾਹੀਦੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰੇ। ਮੇਰਾ ਨੰਬਰ ਹੈ 98 557 12 900। ਇੱਕ ਹੋਰ ਦੱਸੀਏ ਤੁਹਾਨੂੰ ਗੱਲ, ਯਾਨੀ ਇਹ ਹੁਣ ਡਿਵੈਲਪ ਹੋ ਰਿਹਾ, ਇਹ ਕੋਠੀਆਂ ਬਣ ਰਹੀਆਂ ਨੇ ਇੱਧਰ। 10-10 15-15 ਬੰਦੇ ਇਕੱਠੀਆਂ ਕੋਠੀਆਂ ਬਣਾ ਕੇ ਸੇਲ ਕਰ ਰਹੇ। ਇਹ ਜਿਹੜੇ ਬੰਦੇ ਪਹਿਲਾਂ ਲੈ ਗਏ, ਇਹੀ ਕੋਠੀ ਤੁਹਾਨੂੰ 50-55 ਤੋਂ ਘੱਟ ਨਹੀਂ ਮਿਲਣੀ ਆਉਣ ਵਾਲੇ ਟਾਈਮ ਦੇ ਵਿੱਚ। ਇਹ ਅਤੇ ਮੇਰੇ ਵੱਲੋਂ ਮੈਂ ਪਰਮਾਤਮਾ ਅੱਗੇ, ਵਾਹਿਗੁਰੂ ਅੱਗੇ ਅਰਦਾਸ ਕਰਦਾ, ਧੰਨ ਧੰਨ ਗੁਰੂ ਰਾਮਦਾਸ ਜੀ ਅੱਗੇ, ਵੀ ਹੇ ਪਰਮਾਤਮਾ, ਹੇ ਮੇਰੇ ਗੁਰੂ ਰਾਮਦਾਸ ਜੀ, ਵੀ ਇਹ ਜਿਹੜੇ ਵੀ ਵੀਡੀਓ ਮੇਰੀ ਦੇਖਦੇ ਆ ਚਾਹੇ ਨਹੀਂ ਦੇਖਦੇ, ਪਰਮਾਤਮਾ ਉਹਨਾਂ ਨੂੰ ਸਭ ਨੂੰ, ਚਾਹੇ ਕੋਈ ਮੈਨੂੰ ਬੁਲਾਉਂਦਾ ਚਾਹੇ ਨਹੀਂ ਬੁਲਾਉਂਦਾ, ਪਰ ਪਰਮਾਤਮਾ ਉਹਨੂੰ ਸਾਰਿਆਂ ਨੂੰ ਖੁਸ਼ ਰੱਖੇ, ਉਹਦੇ ਪਰਿਵਾਰ ਨੂੰ ਖੁਸ਼ ਰੱਖੇ। ਮੈਂ ਤਾਂ ਇਹੀ ਅਰਦਾਸ ਕਰ ਸਕਦਾ ਵੀ ਧੰਨ ਧੰਨ ਗੁਰੂ ਰਾਮਦਾਸ ਜੀ, ਨਾ ਇਹ ਤੁਹਾਡੇ ਸਾਰਿਆਂ ਦੇ ਉੱਤੇ ਆਪਣਾ ਮਿਹਰ ਵਾਲਾ ਹੱਥ ਰੱਖੇ। ਮੇਰੇ ਵੱਲੋਂ ਸਾਰਿਆਂ ਨੂੰ ਜੈ ਸ਼੍ਰੀ ਰਾਮ। ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ, ਸ਼ੇਅਰ ਅਤੇ ਕਮੈਂਟ ਕਰਕੇ ਮੈਨੂੰ ਦੱਸ ਦਿਆ ਕਰੋ ਵੀ ਇਹ ਤੁਹਾਡੇ ਸਾਨੂੰ ਇਹ ਪਸੰਦ ਆਈ ਕਿ ਨਹੀਂ ਆਈ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਮੈਨੂੰ ਦੱਸ ਦਿਆ ਕਰੋ। ਮੈਂ ਤੁਹਾਡਾ ਬਹੁਤ ਧੰਨਵਾਦ ਹੋਵਾਂਗਾ। ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਸ਼ੇਅਰ ਕਰੋ ਅਤੇ ਮੈਨੂੰ ਕਮੈਂਟ ਕਰਕੇ ਦੱਸੋ। ਜੈ ਸ਼੍ਰੀ ਰਾਮ।